मैं नाही प्रभ सब किछ तेरा 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 श्री दंडात वंदन नानक बार सर्व कला सम्राट डोलन तेरा को प्रभु नानक दे कर हाथ आनंद गुरु गरीब निवास गरीब Oh,
Yeah.
Oh,
बहुत डरावने शब्द हाँ रह ना सकता बिन देखे प्रीतमा मैं नील वहे वह चले जो बैराग की अवस्था है गुरबाणी में प्यार भी है बैराग भी है सारे रस ने आनंदमयी ज्ञान रस है आनंद का रस है सो काका तो सुन कराया आओ एक शब्द की हाजरी आशुप्रीत कौर वरिंद्र कौर जो अकैडमी के बहुत वधिया विद्यार्थी हैं सेवा का चाव है मन में चन्ना दे उन्होंने पास एक शब्द सर्व करते हैं जी।
Thank you.
शोभन खोए पाछे पछताने। बैरागमयी शब्द बाबा फरीद जी का सरण कराया है जस कीर्त कौर ना। और एक शब्द हाजी पैटिंग के तबला वादक और कीर्तनी भाई दविंदर सिंह जी हाजी लाने तबले उत्ते संगत कर रहे हैं। सब नौजवान तबला वादक अकैडमी के काका नवजोत सिंह पढ़ाई भी करते हैं नाल गुरु घर की सेवा का भी चाओ है बख्श है मर भी बख्श है। गुरु नानक के घर पहला बख्श होंगी है बाद सेवा प्राप्त होंगी है। जो खुशी हो गुरु की मिल जाती है नहीं तो नहीं मिलती वे भाग मिलया करते हैं। सो आओ एक शब्द ही हाजिर होंगे भाई नरेंद्र सिंह जी नौजवान कॉलेज पढ़ते हैं संगीत का सब्जेक्ट लिया है कॉलेज में भी अकैडमी भी कीर्तन संध्या तबला बजाते हैं सेवा करते हैं। एक शब्द ही हाजिर होंगे जी मन तन सो पावे फिर कर दे
Oh.
मन लोचदा
ਇਹ ਹਵਾ ਪੈਦਾ ਕਰਤੀ ਸਾਡੇ ਵਾਸਤੇ ਪਾਣੀ ਪੈਦਾ ਕਰਤਾ ਜਿਹਨਾਂ ਨੂੰ ਜੀਵਨ ਮਿਲਿਆ ਰਹੇ ਕੌਣ ਕਰਦਾ ਅਸੀਂ ਕਰਦੇ ਚੰਦ ਸੂਰਜ ਅਸੀਂ ਕੰਟਰੋਲ ਕਰ ਰਹੇ ਹਾਂ ਇੰਨੇ ਗ੍ਰਹਿ ਘੁੰਮ ਰਹੇ ਨੇ ਅਸੀਂ ਘੁੰਮਾ ਰਹੇ ਅੰਗ ਸੰਗ ਹਾਜ਼ਰ ਹਜ਼ੂਰ ਹੈ ਕਿ ਜ਼ਹਰ ਜ਼ਹੂਰ ਹੈ ਸਾਹਮਣੇ ਇਸਦੇ ਪਰਮੇਸ਼ਰ ਨੂੰ ਇਹ ਮਾਇਆ ਇਹ ਐਸਾ ਚੜ੍ਹਦੀ ਹੈ ਰੰਗ ਕਹਿੰਦਾ ਰੱਬ ਤਾਂ ਹੈ ਹੀ ਨਹੀਂ ਰੱਬ ਤਾਂ ਹੈ ਹੀ ਨਹੀਂ ਉਹ ਅਰਜੁਨ ਕਹਿੰਦਾ ਕ੍ਰਿਸ਼ਨ ਮਹਾਰਾਜ ਨੂੰ ਮਹਾਰਾਜ ਇਹ ਤਾਂ ਹੋ ਨਹੀਂ ਸਕਦਾ ਉਹ ਤਾਂ ਪਰਮੇਸ਼ਰ ਹੈਗਾ ਸਭ ਕੁਛ ਕਰਨ ਕਰਾਉਣ ਵਾਲਾ ਇਹ ਕਿਵੇਂ ਭੁੱਲ ਸਕਦਾ ਮਾਇਆ ਚ ਕ੍ਰਿਸ਼ਨ ਮਹਾਰਾਜ ਕਹਿੰਦੇ ਅਰਜੁਨ ਹੰਕਾਰ ਨਹੀਂ ਕਰੀਦਾ ਤੈਨੂੰ ਸਤਸੰਗ ਪ੍ਰਾਪਤ ਹੋਇਆ ਤੈਨੂੰ ਸਾਡਾ ਸੰਗਤ ਪ੍ਰਾਪਤ ਹੋਈ ਹੈ ਤੈਨੂੰ ਗਿਆਨ ਬਖਸ਼ਿਆ ਹੋਇਆ ਸੀ ਕਹਿਣ ਲੱਗਾ ਜੀ ਮੈਨੂੰ ਦਿਖਾਓ ਮਾਇਆ ਕਰ ਕੀ ਸਕਦੀ ਹੈ ਭੁਲਾ ਮੈਂ ਕਿਵੇਂ ਭੁੱਲ ਜੂ ਤੁਸੀਂ ਪਰਮੇਸ਼ਰ ਹੋ ਤੁਸੀਂ 16 ਕਲਾ ਸੰਪੂਰਨ ਅਵਤਾਰ ਹੋ ਮੈਂ ਤੁਹਾਨੂੰ ਕਿਵੇਂ ਭੁੱਲ ਸਕਦਾ ਤੁਹਾਡਾ ਭਗਤ ਹਾਂ ਮੈਂ ਤੁਹਾਡਾ ਭਰਾ ਵੀ ਲੱਗਦਾ ਮੈਂ ਰਿਸ਼ਤੇ ਉਹ ਕ੍ਰਿਸ਼ਨ ਵਾਲਾ ਕਹਿਣ ਕੇ ਹੰਕਾਰ ਨਾ ਕਰ ਅਰਜੁਨ ਜੰਗਲ 'ਚ ਖੜੇ ਸੀ ਦਰਿਆ ਦੇ ਕੰਢੇ 'ਤੇ ਰਸ ਖੜਾ ਸੀ ਰਸ 'ਚੋਂ ਉਤਰ ਕੇ ਉੱਥੇ ਸੈਰ ਕਰ ਰਹੇ ਸੀ ਤਾਂ ਕ੍ਰਿਸ਼ਨ ਵਾਲਾ ਕਹਿੰਦੇ ਅੱਛਾ ਅਰਜੁਨ ਇਹ ਕਰ ਸਾਨੂੰ ਪਿਆਸ ਲੱਗੀ ਹੈ ਸਾਹਮਣੇ ਦਰਿਆ ਤੋਂ ਇੱਕ ਲੋਟਾ ਪਾਣੀ ਦਾ ਭਰ ਕੇ ਲੈ ਗਏ ਉਹ ਅਰਜੁਨ ਲੋਟਾ ਪਾਣੀ ਦਾ ਭਰਨ ਵਾਸਤੇ ਦਰਿਆ 'ਚ ਗਿਆ ਜਿਉਂ ਹੀ ਉਹਨੇ ਪਾਣੀ ਦਾ ਲੋਟਾ ਦਰਿਆ 'ਚ ਐਂ ਡਬੋਇਆ ਤੇ ਕ੍ਰਿਸ਼ਨ ਮਹਾਰਾਜ ਨੇ ਮਾਇਆ ਪਾ ਦਿੱਤੀ ਉਹਦੇ ਉੱਤੇ ਇਹ ਮਾਇਆ ਜਿੱਤ ਹਰ ਵਿਸਰੈ ਇਹੀ ਗੁਣੀ ਸੰਸਾਰ ਭਰਮ ਸੁੱਤਾ ਸਮਾਤਾ ਮਾਇਆ ਨੇ ਤਿੰਨਾਂ ਗੁਣਾਂ 'ਚ ਰਜੋ ਗੁਣ ਤਮੋ ਗੁਣ ਸਤੋ ਗੁਣ ਇਹ ਰੰਗ ਲਾ ਕੇ ਤਿੰਨੇ ਮਾਇਆ ਦੇ ਝੂਠੇ ਵਿਖਿਆ ਰੰਗ ਉੜਾ ਲਿਆ ਤੇ ਸੰਸਾਰੇ ਛਾਰ ਸਵਾਹ ਬਣ ਗਏ ਕਾਲੇ ਹੋ ਗਏ ਸੜ ਸੁੱਤੇ ਮਾਇਆ ਵਿੱਚ ਉਹ ਬੇਨਤੀ ਕਰਦੇ ਮਹਾਰਾਜ ਮਹਾਰਾਜ ਬਚਾ ਲਓ ਇਹਤੋਂ ਬਚਾ ਲਓ ਵਿਖਿਆ ਰੰਗ ਉੜਾ ਨਹੀਂ ਮੈਂ ਅਰਜਨ
ਦੇਖਦਾ ਨਹੀਂ ਇਹ ਕੀ ਹੋ ਰਿਹਾ ਜਿਹੜਾ ਆਪ ਬੋਲਦਾ ਉਹ ਕਹਿੰਦਾ ਤੂੰ ਹੋਰ ਨਕਸ਼ ਨੂੰ ਕਹਿੰਦੇ ਮੈਂ ਅਰਜਣਾ ਤੇ ਮਗ ਬਹਿ ਜਾ ਤੇ ਉਹ ਕਿਹੜਾ ਨਾਮ ਹੈ ਅਰਜਣਾ ਅਰਜਣ ਅਰਜਣ ਤਾਂ ਹੋਇਆ 300 ਸਾਲ ਪਹਿਲਾਂ ਤੂੰ ਕ੍ਰਿਸ਼ਨ ਨੂੰ ਭਾਲਦਾ ਫਿਰਦਾ ਉਹ ਵੀ 300 ਸਾਲ ਪਹਿਲਾਂ ਹੋਇਆ ਚੁੱਪ ਕਰ ਜਾ ਡਰ ਗਿਆ ਅੱਗੇ ਹੋਰ ਚਲਿਆ ਗਿਆ ਹੋਰ ਪਿੰਡ ਵਾਸੀ ਮਿਲ ਗਏ ਉਹਨਾਂ ਨੂੰ ਪੁੱਛਦਾ ਡਰ ਕਹਿੰਦਾ ਜੀ ਮੈਂ ਹਰ ਜਾਣਾ ਕਹਿੰਦੇ ਚੁੱਪ ਜਾ ਜਾ ਕੇ ਮੰਦਰ ਚ ਕਥਾ ਹੋ ਰਹੀ ਹੈ ਕਥਾ ਸੁਣ ਜਾ ਕੇ ਤੈਨੂੰ ਪਤਾ ਲੱਗੇ ਤੂੰ ਕੌਣ ਹੈ ਜਿਵੇਂ ਸਾਨੂੰ ਮਾਰ ਲੱਗਦੇ ਨੇ ਵੀ ਤੂੰ ਸੁਣ ਰਹੇ ਤੂੰ ਕੌਣ ਕਹਾਂ ਤੇ ਆਇਓ ਕਿਤੇ ਨਾ ਜਾਣੇ ਕਿਤੇ ਕਿ ਮੁਦਰ ਚੱਲਦੇ ਖਬਰ ਨਾ ਪਾਇਓ ਤੈਨੂੰ ਪਤਾ ਹੀ ਨਹੀਂ ਮੈਂ ਕੌਣ ਹੈ ਕਿੱਥੋਂ ਆਇਆ ਆਪਣੇ ਆਪ ਨੂੰ ਸਰੀਰ ਮੰਨੀ ਜਾਂਦਾ ਆਪਣੇ ਆਪ ਨੂੰ ਪੁਰਾਣ ਮੰਨੀ ਜਾਂਦਾ ਆਪਣੇ ਆਪ ਨੂੰ ਬੁੱਧੀ ਮੰਨੀ ਜਾਂਦਾ ਆਪਣੇ ਆਪ ਨੂੰ ਮਨ ਮੰਨੀ ਜਾਂਦਾ ਆਪਣੇ ਆਪ ਨੂੰ ਮੈਂ ਮੰਨੀ ਜਾਂਦਾ ਮੈਂ ਹਾਂ ਮੈਂ ਸਿੱਖ ਹਾਂ ਮੈਂ ਹਿੰਦੂ ਹਾਂ ਮੈਂ ਅਮਰੀਕਾ ਹਾਂ ਮੈਂ ਇੰਡੀਅਨ ਹਾਂ ਮੈਂ ਗੋਰਾ ਮੈਂ ਕਾਲਾ ਮੈਂ ਅਮੀਰ ਹਾਂ ਮੈਂ ਆਹੀ ਮੰਨੀ ਜਾਂਦਾ ਆਪਣੇ ਆਪ ਤੈਨੂੰ ਪਤਾ ਤੂੰ ਕੌਣ ਹੈ ਤੋ ਅਰਜਨ ਨੂੰ ਕਹਿਣ ਲੱਗੇ ਜਾ ਕਥਾ ਹੋ ਰਹੀ ਉੱਥੇ ਮਨ ਸੁਣ ਜਾ ਹੌਲੀ ਹੌਲੀ ਮੰਦਰ ਚ ਪਹੁੰਚ ਗਿਆ ਕਥਾ ਹੋ ਰਹੀ ਆ ਪੰਡਿਤ ਕਥਾ ਕਰ ਰਿਹਾ ਬਈ ਕ੍ਰਿਸ਼ਨ ਮਹਾਰਾਜ 300 ਸਾਲ ਪਹਿਲਾਂ ਹੋਏ ਸੀ ਉਦੋਂ ਯੁੱਧ ਹੋਇਆ ਅਰਜੁਨ ਜਿੱਤ ਗਿਆ ਰਾਜਾ ਬਣ ਗਿਆ ਦੇਸ਼ ਦਾ ਫਿਰ ਉਹ ਹੌਲੀ ਹੌਲੀ ਆਪਣੇ ਬੱਚਿਆਂ ਨੂੰ ਰਾਜ ਦੇ ਕੇ ਪਾਂਡਵ ਪਹਾੜਾਂ ਚਲੇ ਗਏ ਉੱਥੇ ਭਗਤੀ ਕਰਦੇ ਕਰਦੇ ਬਰਫਾਂ 'ਚ ਗਲ ਕੇ ਕ੍ਰਿਸ਼ਨ ਮਾਂ ਨੂੰ ਚੜ੍ਹਾਈ ਕਰਕੇ 300 ਸਾਲ ਹੋ ਗਿਆ ਸੁਣੀ ਜਾਂਦਾ ਕਿਤੇ ਸੱਚੀ ਗੱਲ ਹੈ ਇਹ ਹੈਰਾਨ ਹੋਈ ਜਾਂਦਾ ਤੇ ਕਹਿੰਦਾ ਮੈਂ ਕੌਣ ਹੈ ਉਹ ਕਹਿੰਦੇ ਤੂੰ ਆਪਣੇ ਆਪ ਨੂੰ ਕਹਿ ਮੈਂ ਪਰਦੇਸੀ ਹਾਂ ਬਸ ਅਰਜਨ ਨਾ ਕਹੀਂ ਤੇ ਲੋਕੀ ਪਾਗਲ ਸਮਝਣਗੇ ਮਾਰ ਦੇਣਗੇ ਕਹਿੰਦਾ ਮੈਂ ਪਰਦੇਸੀ ਹਾਂ ਮੈਂ ਪਰਦੇਸੀ ਹਾਂ ਤਕੜਾ ਸੀ ਸਰੀਰ ਦਾ ਕਿਸੇ ਨੇ ਦੇਖਿਆ ਜਦੋਂ ਉਹਨੂੰ ਭਰਤੀ ਕਰ ਦਿੰਦੇ ਆ ਫੌਜ 'ਚ ਰਾਜੇ ਦੇ 'ਚ ਉੱਥੇ ਲੈ ਕੇ ਫੌਜ 'ਚ ਭਰਤੀ ਕਰਤਾ ਨਾਂ ਤੇਰਾ ਕੀ ਆ ਕਹਿੰਦਾ ਮੈਂ ਪਰਦੇਸੀ ਹਾਂ ਨਾਂ ਲਿਖਤਾ ਪਰਦੇਸੀ ਉਹਨੂੰ ਸ਼ਸਤਰ ਦੇ ਤੇ ਵਰਦੀ ਪਵਾਤੀ ਫੌਜ ਦੀ ਉਹਨੇ ਵਿਆਹ ਕਰਾ ਲਿਆ ਘਰਵਾਲੀ ਆ ਗਈ ਬੱਚੇ ਹੋ ਗਏ ਖੁਸ਼ ਹੈ ਬੱਚਿਆਂ 'ਚ ਘਰਵਾਲੀ ਨਾਲ ਰਹਿੰਦਾ ਹੈ ਨੌਕਰੀ ਕਰਦਾ ਹੈ ਤੇ ਹੌਲੀ ਹੌਲੀ ਸਮਾਂ ਬੀਤ ਗਿਆ ਉਹਦੀ ਘਰਵਾਲੀ ਬਿਮਾਰ ਹੋ ਕੇ ਚੜ੍ਹਾਈ ਕਰ ਗਈ ਰੋਂਦਾ ਹੈ ਆਪਣੀ ਘਰਵਾਲੀ ਨੂੰ ਰੋਂਦਾ ਹੈ ਮੇਰੀ ਘਰਵਾਲੀ ਮੇਰਾ ਸਾਥ ਛੱਡ ਗਈ ਬੱਚੇ ਕਿਵੇਂ ਪਾਲੂੰਗਾ ਸਾਰੇ ਪਿੰਡ ਲੋਕਾਂ ਨੇ ਉਹਦੀ ਘਰਵਾਲੀ ਦੀ ਅਰਥੀ ਚੱਕ ਕੇ ਦਰਿਆ ਦੇ ਕੰਢੇ 'ਤੇ ਲੈਣ ਦੀ ਸੰਸਕਾਰ ਕਰਨ ਵਾਸਤੇ ਲੱਕੜਾਂ ਚਿਣਤੀਆਂ ਦੇਖੋ ਮਾਇਆ ਦੇ ਕੰਮ ਸਾਰ ਸਨ ਲੱਕੜਾਂ ਚਿਣਦੀਆਂ ਕੋਈ ਬੈਡ ਬੁੱਡ ਅਸਤੀ ਲੱਕੜਾਂ ਦੇ ਰੋਂਦਾ ਹੋਣਾ ਕਹਿੰਦਾ ਮੈਂ ਨਾਲ ਮਰਨਾ ਮੇਰੀ ਪਿਆਰੀ ਘਰ ਵਾਲੀ ਸੀ ਮੈਂ ਨਾਲ ਮਰ ਜਾਣਾ ਦੇਖਿਆ ਕ੍ਰਿਸ਼ਨ ਮਹਾਰਾਜ ਨੇ ਵੀ ਇਹਦਾ ਤਾਂ ਬੁਰਾ ਹੀ ਹਾਲ ਹੋ ਗਿਆ ਕ੍ਰਿਸ਼ਨ ਮਹਾਰਾਜ ਨੇ ਆਪਣੇ ਸਾਥੀ ਨੂੰ ਭੇਜਿਆ ਕਹਿੰਦਾ ਕਿ ਉਹਨੂੰ ਜਾ ਕੇ ਉਹ ਰੋ ਰਿਹਾ ਦਰਿਆ ਦੇ ਕੰਢੇ ਖੜਾ ਆਪਣੇ ਘਰ ਦਾ ਸੰਸਕਾਰ ਕਰ ਰਿਹਾ ਕਹਿੰਦਾ ਉਹ ਗਿਆ ਜਾ ਕੇ ਅਰਜਨ ਨੂੰ ਕਹਿਣ ਲੱਗਿਆ ਉਹ ਭਾਈ ਤੂੰ ਪਰਦੇਸੀ ਨਹੀਂ ਹੈ ਤੂੰ ਅਰਜਨ ਹੈ ਉਹਨੂੰ ਭੱਜ ਕੇ ਪੈ ਗਿਆ ਕਹਿੰਦਾ ਚੁੱਪ ਮੈਂ ਕੋਈ ਅਰਜਨ ਅਰਜੁਨ ਨਹੀਂ ਉਹ ਕਹਿੰਦਾ ਤੇਰਾ ਕ੍ਰਿਸ਼ਨ ਮਾਂ ਨਾਲ ਪਿਆਰ ਸੀ ਉਹ ਕਹਿੰਦਾ ਵਾ 300 ਸਾਲ ਪਹਿਲਾਂ ਹੋ ਚੁੱਕੇ ਮੈਂ ਤਾਂ ਪਰਦੇਸੀ ਹਾਂ ਆਪਣੀ ਘਰਵਾਲੀ ਮਰ ਗਈ ਮੇਰੇ ਸੰਸਕਾਰ ਵਾਸਤੇ ਹੈ ਚੱਲ ਮੰਨਦਾ ਹੀ ਨਹੀਂ ਹੈ ਮੰਨਦਾ ਹੀ ਨਹੀਂ ਹੈ ਉਹ ਚਲਿਆ ਕਹਿੰਦਾ ਜੀ ਮੰਨਦਾ ਹੀ ਨਹੀਂ ਹੈ ਉਹ ਤਾਂ ਕਹਿੰਦਾ ਕਿਸੇ ਨਾਲ ਹੋਏ ਨਹੀਂ ਤਾਂ ਪਹਿਲਾਂ ਹੋ ਚੁੱਕੇ ਹੋਣੇ ਮੈਂ ਤਾਂ ਪਤਾ ਨਹੀਂ ਕਦੋਂ ਸਭ ਕੁਛ ਭੁੱਲ ਗਿਆ ਉਹਦਾ ਤਾਂ ਫਿਰ ਕਿਸੇ ਨਾਲ ਕਹਿੰਦੇ ਹੁਣ ਇੱਥੋਂ ਮੈਂ ਲਾਉਣੀ ਪੈਣੀ ਉਹ ਕਹਿੰਦਾ ਜੀ ਮੈਂ ਤਾਂ ਆਪਣੀ ਨਾਲ ਸਾਜਣ ਆਪਣੀ ਪਤਨੀ ਦੇ ਨਾਲ ਉਹ ਕਹਿੰਦੇ ਜਾ ਭਾਈ ਮੈਂ ਤੂੰ ਪਿੰਡ ਵਾਲੇ ਕਹਿੰਦੇ ਜਾ ਜਾ ਕੇ ਉੱਥੇ ਦਰਿਆ 'ਚ ਇਸ਼ਨਾਨ ਕਰਿਆ ਫਿਰ ਨਾਲ ਸੜ ਜੀ ਠੀਕ ਹੈ ਰੋਂਦਾ ਜਾਂਦਾ ਦਰਿਆ ਵੱਲ ਨੂੰ ਦਰਿਆ 'ਚ ਟੁੱਪੀ ਮਾਰੀ ਜਦੋਂ ਟੁੱਪੀ ਮਾਰ ਕੇ ਖੜਾ ਹੋਇਆ ਨਾ ਉੱਥੇ ਅਰਥੀ ਹੈ ਨਾ ਉੱਥੇ ਚਿਖ ਹੈ ਨਾ ਉੱਥੇ ਪਿੰਡ ਵਾਲੇ ਦੇ ਉਹੀ ਦਰਿਆ ਉਹੀ ਜੰਗਲ ਰੱਥ ਖੜਾ ਹੈ ਕ੍ਰਿਸ਼ਨ ਮਹਾਰਾਜ ਖੜੇ ਨੇ ਕਹਿੰਦਾ ਹੈ ਕਿੱਥੇ ਚਲੇ ਗਈ ਮੇਰੀ ਘਰਵਾਲੀ ਮੇਰਾ ਰੋਣ ਲੱਗ ਗਿਆ ਹੋਰ ਉੱਚੀ ਉੱਚੀ ਕਿੱਥੇ ਚਲੇ ਗਏ ਮੇਰੇ ਬੱਚੇ ਕਿੱਥੇ ਚਲੇ ਗਏ ਮੇਰੇ ਪਿੰਡ ਵਾਸੀ ਕ੍ਰਿਸ਼ਨ
महाराज अगे आए कहने लगे अर्जुन तू अर्जुन है मैं कृष्ण देख मैं तेरे माया पाई सी कहता केड़ी माया तो पता नहीं मैं तो परदेसी हाँ जो ना ना मनिया ना ना हटिया तेरे कृष्ण मान ने हर का आ जाके थप्पड़ मारिया वो माया ला दी अखा खुल गई कहता है तुसी महाराज कहा माया दिखाओ कि शक्ति है माया च इनी शक्ति है सब भलती है मैं ही खड़ा सी बस एक समा चेंज करता सब कुछ भुल गया सुसार सिंह जी हैरान होंगे अर्जुन की इन्नी शक्ति साल माया नाल होंगे प्रभु से सो ये माया जी है ये काम ही है भुलाना ये खेड पाई है परमेश्वर साढ़े वो खेड पा के हम आप ही आ गए महाराज भी भाई जिन्हें निकलना निकलो इतों ने दुखी हुई जाऊंगे माया चो निकलना है इस खेल चो निकलना है निकल सकते हैं जन्म मर चो निकल सकते हैं नरका चो बच सकते हैं जमदूता तो बच सकते हैं जमन मर तो बच सकते हैं असली स्वरूप आ जावे असं अपने असली स्वरूप जिम्मे अर्जुन आ गया असली स्वरूप माया लाती फिर वही अर्जना बन गई वो भी प्यार वो भी सब कुछ वही भगति साढ़े अंदर भी माया पाती तो गुरु घर वाल बहुत आना औखा है आम लोगों की गल सुनो सानू ऐसे ऐसे रुकावटा पै जाए ने गुरु महाराज का आसरा लैके आना पैदा है ये सेवा वास्ते महाराज कृपा कर दो ये विघन कढ़ दो क्योंकि विखिया रंग है विखिया रंग अमृत कौड़ा विखिया मिठी इन अमृत कौड़ा लगता है जहर मिठी लगती है मैं ना प्यार पै गया ना पर कहते कि जान नहीं तू प्यारिया लिखता मर ने पर कहते पति मरे तो नार ना रोवे पति मरे तो नार ना रोवे क्यों इस रखवारो और होवे पति कौन है ये कहता मैं लख पति हाँ मैं करोड़पति हाँ मैं अरबपति हाँ ये पति बनया करता माया का ये माया ही नार है पति मर ये छड़ जाता है संसार चले जाता है थोड़ी माया है वो रोंदी नहीं है वो कहती मेरे मालक होर बहुत आ जाएंगे सामने वाले मैनू वो रखवारा तो होर आ गया तू कहना मेरी है मेरी है मेरी है तू ए मालिक बनया बैठा करोड़पति अरबपति लखपति वो महाराज कहते पति मरिया तो ना ना रोगा ये माया नहीं रोंदी ये तो हसदी है इन्हू भुला के तोड़ता इन जमन मर च पाता हर अमृत बूंद सुहावन दूजे पासे अमृत है जीवन दान देने वाला प्यार बख्शन वाला गुरु चरण च निवास दवाउण वाला दरगाह दे विच सचखंड विच निवास पाउण वाले जिथे जमन मरन दी है जिथे आनंद ही आनंद है तिथे नींद ना भुख है हर अमृत नाम सुखवास नानक दुख सुख व्याप्त नहीं तिथे आत्म नाम प्रगास ये उच्चलियां मंजिलां ने ओ अमृत है ये पींदा नहीं है अमृत बूंद
किस तरह का है। कई तरह कहते रब आ जाते मेरे काम करी जाते सारे, वो हुण भी उही कर रहा, तेनूं तेरी निगाह नहीं है काम करते, तेरे अखां ते पट्टी बन्नी गई, हुण भी सारे काम उही कर रहे ने क्योंकि करता मनुख नहीं है। एक ध्यान दिओ, ये तुहाडे अंदर शौक है ज्ञान लैण दा, भगती दा। भगती दा पहला सबक यही है कि करता परमेश्वर नूं जाणना है, कि करता वो है। गुरु नानक वाला सिद्धांत एक ओंकार सतनाम अगे करता, करता परमेश्वर है, मनुख करता नहीं है, मनुखता ओदी किरत है, करन वाला सब कुछ वो है। जितने इनू ज्ञान हो गया, दर्शन होंगे, जो दर्शन हो जाते हैं महापुरुष जो होंगे ने ब्रह्म ज्ञानी, जो दर्शन हो जाते हैं परमेश्वर के, वह तो कहते मैं तो एवं बच्चे फसया रहा, बिच मैं करी गया, तो गलती होर निकली। लोचदा हर कोई है कि मैं दर्शन हो जाए, पर महाराज कहते कर्म मिलावना हार। कर्म की नदर कर्म, पहला ये कर्म करता है, शुभ कर्म करता है, निष्काम कर्म करता है, उस तो बाद गुरु ये नदर कर्म करता है। जिनको नदर कर्म तिनकार, नानक नदरी नदर निहार। बस असी शुभ कर्म करने ने, गुरु घर आना है, सत्संग करना है, बाणी पढ़नी है, कीर्तन सुनना है, कीर्तन करना है, सेवा करनी है, लंगर की सेवा करनी है, हाजरन सेवा मिलती है गुरु घर चा। वो गुरु महाराज देखते हैं सानू कि किवें करता है, किसी मनोरथ वास्ते करता है कि दिखावे वास्ते करता है कि प्यार च करता है। जे प्यार च करता है महाराज कहते कोई गल समय आ जाऊगा कि नदर कर्म हो जाऊ। हुंदी नदर कर्म बहुत हुंदी, गुरसिखा दे दरगाह हुंदी है, सारे भरम कट्टे जांदे ने, आनंद च रहिंदे ने, कोई चिंता नहीं। चाह गई चिंता मिटी, मनवा भी प्रवाह, जिसको कुछ ना चाहिए सोई शहनशाह। वो तो चुप कर जांदे ने, चुप कह लगे जिवें वो कहिंदा बोले जा कहिंदा इत्थे बोलण दी नहीं लाड़िया, इत्थे बोलण दा कम नहीं है कोई, इत चुप का काम है, बस चुप कर जा। वो कर लिया जो ओनू मन लै, वो करता वो है, तू करता नहीं है। इस गल तू मन के भगती शुरू होंगी है। जिन सखिए प्रभु पाया तिन कैसा जो गुरु का असली स्वरूप है वो गुरु शब्द है।
कई कई ध्यान धर लेंगे ने भी मैनू आ तस्वीर रख ली महाराज जी अगे गुरु नानक महाराज की तस्वीर रख ली वो पहलियां क्लासा ने वह भी रखनी पैंती है वो पहलियां क्लासा ने वह रखनी पैंती है वह जरूरी है गुर की मूर्त मन में ध्यान उन्होंने कहते ने एक प्रत्यक्ष ध्यान होंगे एक अप्रत्यक्ष ध्यान होंगे एक शब्द का ध्यान होंगे एक धुन का ध्यान होंगे धुन में ध्यान ध्यान में जाने गुरमुख कथ कहानी अवस्था ने साड़ी ज्यों ज्यों बुद्धि सूक्ष्म होंगी जाती है त्यों त्यों ध्यान यदा बदलता जाता है अगे सब तो पहला जिम्मे अपना बच्चों कह दें बेटा मत्था टेको महाराज घर च अपने लगे आता स्वरूप गुरु नानक महाराज का गुरु गोबिंद सिंह महाराज का स्वरूप लगे हो बच्चे मत्था टेकते बाबा जी ने बाबा पहला ये पहलियां क्लासा मैं बेनती करा मेरी एक सिख धर्म के बहुत बड़े प्रचारक नाल गल हुई गल की हुई कुछ वो सिद्धांत तो उल्ट गल कर रहे दास भी उत्थे सी तां ओह कहन लगे भी जिहड़ी मूर्त रखनी है घर जी गुरु महाराज स्वरूप गुरु गोबिंद सिंह महाराज का साहिबजादिआं दा मत्था गुजर कौर दा जां गुरु गोबिंद सिंह दा गुरु नानक दा पासूत रखदे आ कहिंदा इह मन मत्था है अगर दस चुप रहा जिथे बोलन आ रहे तिथे चंगी चुप मिले संत किस सुनिया कही है मिले संत मस्त हो रही है चुप कर मूर्ख नाला रुची है माया की फिर चल रही है बड़ी वड्डी ठीक ने वो कथा करते ने विचार करते ने गुरबाणी दियां पर माया ना चलती है साढ़े ये माया पिछा भी छड़ती सा जल्दी जल्दी तमो गुणी छड़ती रजो गुणी छड़ती सतगुणी ना खड़ी और लोहे की हथ खड़ी छड़ती सोने की हथ खड़ी आ गई उन्हें भी फड़ लिया कह लगे जी मैं लोगों के घर चो मूर्तियां लवा दी गुरु महाराज की मैं फोटो लवा दी गुरु घर मैं घर जा जाके लोगों के घर तो जो कैलेंडर लाए से मैं कैलेंडर लवाते दास चुप रहा उस तो बाद दास ने मैं बेनती की सिंह साहब जी तुम बड़े बड़े प्रचार हो तुम फिर गुरु किनू मानते हो कहना मैं शब्द गुरु मानता मैं शब्द गुरु मानता मैं क्या इन्ना विश्वास है शब्द गुरु से तुम मूर्ति नहीं मानते कहता नहीं मैं बिल्कुल नहीं मानता मूर्ति मैं क्या मैं एक काम कर लगा तुम नहीं मानते ना मूर्ति देख लो ध्यान कहना क्या मैं नहीं मानता मूर्ति मैं क्या मैं गुरु नानक महाराज की मूर्ति थले रखता तू उपरों पैर रख के लग जी कि मैं नहीं मानता गुरु नानक की मूर्ति उपर पैर रख के लंघ जी लंघ जाएगा कम गया अंदरों कह लगा मैं नहीं लंघ सकता मैं नहीं लंघ सकता क्यों सत्संग जी अंदर रसियां बैठिया ने वह होमे दियां गल्लां ने शब्द गुरु खेड है कोई जो बच्चा निकला होंदा माता नूं कहिंदी है माता बेटा मत्था टेक गुरु महाराज नूं ਉਹ ਸੰਸਕਾਰ ਅੰਦਰ ਬੈਠੇ ਹੋਏ ਨੇ ਅੱਜ ਅਸੀਂ ਕਥਾ ਸਿੱਖ ਲਈ ਕੀਰਤਨ ਸਿੱਖ ਲਿਆ ਅਸੀਂ ਹੋਮੇ ਜਾ ਕੇ ਆਹ ਨਹੀਂ ਆਈਦਾ ਆਹ ਠੀਕ ਨਹੀਂ ਆਹ ਠੀਕ ਨਹੀਂ ਆਹ ਠੀਕ ਮੈਂ ਕਿਹਾ ਲੰਘ ਜਾਏ ਮੈਂ ਪੈਰ ਰੱਖ ਕੇ ਉੱਪਰ ਨਹੀਂ ਲੰਘ ਸਕਦਾ ਕਹਿੰਦਾ ਮੈਂ ਕਿਉਂ ਲੰਘ ਸਕਦਾ ਕਿਉਂ ਲੰਘ ਜਾ ਤੂੰ ਨਾ ਮੰਗਦਾ ਮੂਰਤ ਨੂੰ ਮੰਗ ਚੁੱਪ ਕਰ ਗਿਆ ਕੰਬ ਗਿਆ ਮੈਂ ਕਿਹਾ ਲੋਕਾਂ ਨੂੰ ਨਾਸਤਕ ਨਾ ਬਣਾਓ ਪਹਿਲੀ ਕਲਾਸ ਦਾ ਬੱਚਾ ਫੱਟੀ ਲੈ ਕੇ ਸਕੂਲ ਜਾਏਗਾ ਜਾਏਗਾ ਜਿਹੜਾ ਪੀ ਐਚ ਡੀ ਵਾਲਾ ਉਹ ਕਹੀ ਜਾਂਦਾ ਫੱਟੀ ਲੈ ਪਹਿਲੀ ਕਲਾਸ ਕਹਿਣਾ ਜ਼ਰੂਰੀ ਹੈ ਪਹਿਲੀ ਕਲਾਸ ਵਿੱਚ ਏ ਫੋਰ ਐਪਲ ਜ਼ਰੂਰੀ ਹੈ ਉੱਥੇ ਐਪਲ ਬਣਿਆ ਹੁੰਦਾ ਬੱਚੇ ਨੂੰ ਏ ਦਾ ਕੋਈ ਪਤਾ ਨਹੀਂ ਏ ਕੀ ਚੀਜ਼ ਹੈ ਉਹ ਐਪਲ ਜਾਣਦਾ ਪੰਜਾਬੀ ਦਾ ਕਹਿਦਾ ਪੜ੍ਹਨਾ ਹੈ ਕੂੜਾ ਊਠ ਕਹਿਣਾ ਪੈਣਾ ਉੱਥੇ ਊਠ ਛਪਿਆ ਹੋਇਆ ਬੱਚੇ ਨੂੰ ਕੋਈ ਪਤਾ ਨਹੀਂ ਕੂੜਾ ਕਹਿੰਦੇ ਉਹ ਕਹਿੰਦਾ ਕੂੜਾ ਊਠ ਕਿਉਂ ਉਹ ਊਠ ਨੂੰ ਜਾਣਦਾ ਕੂੜੇ ਨੂੰ ਜਾਣਦਾ ਇਹ ਪਹਿਲੀਆਂ ਕਲਾਸਾਂ ਨੇ ਗੁਰਮੁਖ ਦੀਆਂ ਇਹ ਪਹਿਲੀਆਂ ਕਲਾਸਾਂ ਨੇ ਗੁਰਮੁਖ ਦੀਆਂ ਜਿੱਥੇ ਸਾਕਸ਼ਾਤ ਗੁਰੂ ਦਾ ਸਰੂਪ ਬਣਾ ਕੇ ਉਹ ਬੱਚਿਆਂ ਨੂੰ ਛੋਟੇ ਬੱਚਿਆਂ ਨੂੰ ਉਤਸ਼ਾਹ ਦਿੱਤਾ ਜਾਂਦਾ ਹੈ ਕਿ ਸਾਡੇ ਗੁਰੂ ਮਹਾਰਾਜ ਹੋਏ ਨੇ ਆਹ ਸਰੂਪ ਹੈ ਸ਼ਹੀਦੀਆਂ ਦਿੱਤੀਆਂ ਇਹਨਾਂ ਨੇ ਆਹ ਬੱਚੇ ਨੇ ਗੁਰੂ ਕੇ ਲਾਲ ਨੇ ਇਹਨਾਂ ਨੇ ਨੀਹਾਂ ਚਿਣਗੀ ਜੇ ਸ਼ਬਦ ਸਰੂਪ ਹੈ ਇਹ ਤਾਂ ਅੱਗੇ ਜਾ ਕੇ ਆਉਂਦੀ ਹੈ ਜਦੋਂ ਇਹ ਬਹੁਤ ਬਹੁਤ ਸਾਧਕ ਫਿਰ ਅੱਗੇ ਅੱਗੇ ਧੁਨ ਮੈਂ ਧਿਆਨ ਆਉਂਦਾ ਪਹਿਲੀ ਕਲਾਸ 'ਚ ਕਹਿੰਦੇ ਸੋ ਸਾਧ ਸਿੰਘ ਜੀ ਜਦੋਂ ਸਾਧਨ ਕਰਦਾ ਹੈ ਨਾ
कथा तो बहुत हो सकती सीखी जा सकती है पर साधन अभ्यास अनुभव यह नहीं हो सकता पूरे गुरु तो बिना रब के प्यार तो बिना हर अमृत बुद्ध सुहावनी मतलब साधु जो साधु होंगे ने ना रब के प्यारे वो साधन पक करके सेवा करके गुरु का वचन मन के अपने आप को खत्म करके वो सब फिर जाके बख्शा होंगे सो एवं ना भरन च पै जाए करो छोटे बच्चों घर सरूप रखे ने अपना गुरु नानक माते नमस्कार करो बेटा स्कूल जाने तो नमस्कार करो महाराज स्कूलों आए हो हूँ भी मत्था टेको ये बख्शा करने वाले ने वो साढ़े मन च बस जाता है गुरु अगे जाके फिर गुरु महाराज आपे को कर लेंगे हम आया शब्द वाला आया ये अलग अलग अवस्थावान ने वो भी जरूरी है फट्टी भी जरूरी है एक बंदा पी एच डी करता है वो एडी डैली लेके लैंदा है अपनी जेब च पा के यूनिवर्सिटी चलिया पी एच डी करता है जे आप छोटे बच्चे कह दो तू एक निकी डैली लेके चलिया स्कूल ना वो एडा बैग भर के लेके जाऊ किताबों का कापियां ने किताबों ने अपनी की कुछ वो जरूरी है सो यह साधन पाठ है सात संगत जी ये बख्शा ये मेहनत करनी ही पैंती है सेवा सेवन नाम जपना सेवा करनी गुरु घर की बिना किसी लाज तो बिना किसी पैसे तो जाके बख्शा होंदिया ने महाराज कहते सौन दे महीने च भाई जिन सखिए प्रभ पाया ओ दिन कै सद रात है
अज्ञान रूपी रात। इस रात विच डराने पंछी डराने जानवर ने ईर्खा दिंदे काम को लोग अहंकार बड़े डराने ने लुटते ने इन मारते तंग करते ने। इतना ज्ञान का चानण कोल हो दिन चढ़ता है समा अपना हो गया है आओ शब्द इस बात करिए नानक सावन दिना सुहागनी
जिन्हां राम नाम और हार जिन्हां ने रब दे नाम दा गले च हार पा लिया नाम जपदियां ने सेवा सिमन करदियां ने ਉਹ ਸੁਹਾਗਣਾ ਨੇ ਤੇ ਫਿਰ ਜਦੋਂ ਪ੍ਰਵਾਨ ਹੋ ਜਾਂਦੀਆਂ ਨੇ ਗੁਰੂ ਦੇ ਰੱਬ ਦੇ ਫਿਰ ਉਹ ਸਦਾ ਸੁਹਾਗਣਾ ਬਣ ਜਾਂਦੀਆਂ ਨੇ ਸੱਚਖੰਡ 'ਚ ਕਰਮਖੰਡ 'ਚ ਗਿਆਨਖੰਡ 'ਚ ਸਰਵਖੰਡ 'ਚ ਉਸੇ ਜਗ੍ਹਾ ਮਿਲ ਜਾਂਦੀ ਹੈ ਆਨੰਦਮਈ ਜਿੱਥੇ ਨਾ ਕੋਈ ਰੋਗ ਹੈ ਨਾ ਦੁੱਖ ਹੈ ਨਾ ਭੋਗ ਹੈ ਕਾਮ ਨਾ ਕ੍ਰੋਧ ਨਾ ਲੋਭ ਨਾ ਮੋਹ ਨਾ ਰੋਗ ਨਾ ਭੋਗ ਨਾ ਸੋਗ ਨਾ ਭੈ ਕੁਛ ਨਹੀਂ ਹੈ ਉੱਥੇ ਰਾਤ ਹੀ ਰਹਿੰਦਾ ਬਸ ਆਤਮ ਸਰੂਪ ਹੈ ਸੋ ਸਦਾ ਸਿੰਘ ਸਾਨੂੰ ਮਹਾਰਾਜ ਇੱਥੋਂ ਚੱਕ ਕੇ ਇਸ ਆਨੰਦ ਮਨ ਚੋਂ ਚੱਕ ਕੇ ਮਾਇਆ ਦੇ ਕੀੜਿਆਂ ਨੂੰ ਸਾਨੂੰ ਇੰਨਾ ਉੱਚਾ ਚੁੱਕਣਾ ਚਾਹੁੰਦੇ ਨੇ ਅਸੀਂ ਫੇਰ ਨਹੀਂ ਆਉਂਦੇ ਗੁਰੂ ਕੋਲੇ ਭਾਗਾਂ ਵਾਲੇ ਹੁੰਦੇ ਨੇ ਬਿਨ ਭਾਗਾਂ ਸਤਸੰਗ ਨਾ ਲੱਭੈ ਬਿਨ ਸੰਗਤ ਨੈਲ ਭਰੀਜਿਆ ਜੀਓ ਮਨ ਕਿਰਪਾ ਫਿਰ ਬਖਸ਼ ਕੀਤੀ ਹੈ ਇਹ ਵਿਦਿਆਰਥੀ ਅਕੈਡਮੀ ਦੇ ਦਾਸ ਇਹ ਸੇਵਾ 'ਚ ਲੱਗੇ ਹਾਂ ਪਿੱਛੇ ਲੋਕਡਾਊਨ ਲੱਗ ਗਿਆ ਸੀ ਦੋ ਤਿੰਨ ਮਹੀਨੇ ਕੀਰਤਨ ਬੰਦ ਰਹੇ ਹੁਣ ਫਿਰ ਸ਼ੁਰੂ ਹੋ ਚੁੱਕੇ ਨੇ ਅੱਜ ਦਾ ਕੀ ਪਿਛਲੇ ਵੀ ਸ਼ਨੀਵਾਰ ਰੁੜਕੀ ਵਿਖੇ ਕੀਰਤਨ ਸੀ ਅੱਜ ਇਸ ਨਗਰ ਵਿਖੇ ਐਵੇਂ ਜਿਵੇਂ ਹਰ ਸ਼ਨੀਵਾਰ ਮਾਧੀ ਬਖਸ਼ ਕਿਰਪਾ ਨਾਲ ਇਹ ਕੀਰਤਨ ਚੱਲਦੇ ਰਹਿਣਗੇ ਸੰਗਤਾਂ ਨੂੰ ਜਾਗਰੂਕ ਕਰਨ ਵਾਸਤੇ ਖਾਸ ਕਰਕੇ ਛੋਟੇ ਬੱਚਿਆਂ ਨੂੰ ਨੌਜਵਾਨ ਜਾਗਰੂਕ ਕਰਨ ਵਾਸਤੇ ਭਾਈ ਗੁਰਬਾਣੀ ਸਿੱਖੋ ਗੁਰਬਾਣੀ ਕੀਰਤਨ ਕਰੋ ਜਿਵੇਂ ਇਹ ਬੱਚੇ ਕੀਰਤਨ ਕਰਦੇ ਨੇ ਥੋੜ੍ਹੇ ਬੱਚੇ ਲੈ ਕੇ ਆਉਂਦੇ ਹਾਂ ਅਸੀਂ ਬਹੁਤ ਬੱਚੇ ਨੇ ਕਿਉਂਕਿ ਇੰਨਾ ਸਮਾਂ ਨਹੀਂ ਹੁੰਦਾ ਇੱਥੇ ਕੀਰਤਨ ਦਾ ਬਾਕੀ ਲੈ ਕੇ ਆਉਣਾ ਔਖਾ ਹੁੰਦਾ ਵਹੀਕਲ ਨਹੀਂ ਹੁੰਦੇ ਸੋ ਇਹ ਹਾਜ਼ਰੀ ਆਪਣੇ ਪ੍ਰਵਾਨ ਕਰਨੀ ਗੁਰੂ ਮਹਾਰਾਜ ਕਿਰਪਾ ਕਰਨ ਇਹ ਗਾਈ ਹੋਈ ਬਾਣੀ ਕੀਤੀ ਵੀ ਕਥਾ ਵਿੱਚ ਸਾਡੇ ਹਿਰਦੇ ਵਸ ਜਾਵੇ ਸਾਡੇ ਅੰਦਰ ਪਿਆਰ ਆ ਜਾਵੇ ਅਸੀਂ ਵੀ ਸਦਾ ਸੁਹਾਗਣਾ ਬਣ ਜਾਈਏ ਅਸੀਂ ਵੀ ਗੁਰੂ ਕੇ ਚਰਨਾਂ ਸਾਨੂੰ ਨਿਵਾਸ ਮਿਲੇ ਸਦਾ ਜਮਨ ਮਨ ਕੱਟਿਆ ਜਾਵੇ ਮਾਇਆ ਤੋਂ ਬੜਾ ਖਹਿੜਾ ਛੁੱਟ ਜਾਵੇ ਮੈਂ ਤੇਰੀ ਖਤਮ ਹੋ ਜਾਵੇ ਇਹਦੀਆਂ ਦਾਸਾਂ ਜੋੜੀਆਂ ਬੇਨਤੀਆਂ ਪ੍ਰਵਾਨ ਕਰਦੀਆਂ ਸਭ ਸੰਤਾਂ ਰੱਜ ਕੇ ਫਤਿਹ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਮ ਕਲੀ ਮੁਹਲਾ ਤੀਜਾ ਆਨੰਦ ਸਰਾਤ ਵੇ ਦਾਇ ਦਾਇ ਮਿਲੇ ਸਾ
ਗੁਰੂ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਮੈਂ ਨਾਹੀ ਪ੍ਰਭ ਸਭ ਕਿਛ ਤੇਰਾ ਤੇ।